आज दवाई ने पाया लौंग, लौंग बैंड स्पेशल लिया सी। इहदा चलान बहुत वड्डा आ। अच्छा चौड़े मुंह वाला आ इह। मेरा अगे बहुत वारी गिट्टा निकलिया, देखिए वीडियो पुठेगेरा वाला गिट्टा निकल गया भरा मेरा। ते चलो अज दा भी देख लेने आ। इन्नी वाइब्रेशन करदा ना चलदे हुए, ए कम दा ए डिसएडवांटेज आ गया, ए डिसएडवांटेज। अच्छा अच्छा बुलेट दा ओ दसदे सी कहिंदे 80 दे स्पीड ते सीगे, कहिंदे इन्हां ने ब्रेक लाई ब्रेक नहीं लगी, बुलेट इत्थे तक बिंगा हो गया सी अद्धा। हाँ जी सत श्री अकाल जी सारिआं नूं, होर फिर किवें हो? उम्मीद करदा आं तुसीं सारे जणे वधिया होवोगे। बाकी कहिंदे इक होर वलॉग आ गया आ इलैक्ट्रे ते, है ना भरा? इह की आया अज फिर वलॉग? अज देखांगे इलैक्ट्रे दीआं एडवांटेज ते डिसएडवांटेज। ठीक आ, ते बई इह हैगा इलैक्ट्रा ते किहड़ा मॉडल आ? भुल गया, 2015 मॉडल इलैक्ट्रा आ। ते हुण इहदे मैनूं कई वीरां ने पुछिआ कि बई इहदे की एडवांटेज आ की डिसएडवांटेज आ, कि जिहड़ा ना स्टैंडर्ड नालों अलग आ बुलेट, बहुत अलग आ, बहुत फर्क आ, काफी फर्क आ, बहुत। मैनूं लगा सेम जी आ, देखण नूं सेम आ पर चला के पता लगदा चीज दा। अच्छा ते चलो फिर आपां हुण इहदे पहलां कढ़दे आ डिसएडवांटेज। बई मतलब की डिसएडवांटेज इलैक्ट्रिक दे? पहला तां जी इहदी डिसएडवांटेज सब तों वड्डी इहदी आवाज है, सब तों ज्यादा जिहड़ी आवाज इहदी सब तों ज्यादा डिसएडवांटेज। अच्छा साडे लई तां एडवांटेज ही आ, मजा मतलब सही गल है भाई, जिहड़ी आवाज आ ओही तां मेन बुलेट दी गलबात आ। ते आ जिहदा भाई ने पवाया लौंग, लौंग बैंड, है ना? बैंड पवाया स्पेशल सलांसर, मैं स्पेशल लिया सी, इहदा चलान बहुत वड्डा आ। अच्छा चौड़े मुंह वाला आ इह, चौड़े मुंह वाले पतले वाले हुंदे ना जिहड़े, इन्ने इन्ने हुंदे उह। हां इह चौड़े मुंह वाला आ। अच्छा इहदी साउंड ओहदे नालों बहुत ज्यादा आ, इह डिस्टरबेंस बहुत करदा आ, डिस्टरबेंस बहुत करता है, बट बहुत ज्यादा, पर चलाने दा मजा भी इच्ची आंदा, चलाने दा मजा इच्ची आंदा यार। डिस्टरबेंस बहुत करता है, चलान भी बहुत आ। चलान किन्ना? 10,000? 25,000 ते। अच्छा ते भाई 25,000 चलान आ, बट आपा क्या यार आवाज नहीं, आवाज तो बिना मजा नहीं है, आवाज तो बिना मजा नहीं है। ते बाकी होर दूजा? एक दूजा ता जी चुम्मे वो दंदा है, गरम हो गया लत्ता फाड़ चुम्मे चुम्मे दंदा ਹੋਰ ਆ ਤਾਂ ਜੀ ਇੱਥੇ ਪਹਿਲਾਂ ਐਡੀ ਸਾੜੀ ਸੀ ਲੱਤ ਮੇਰੀ। ਅੱਛਾ ਮਤਲਬ ਕਿੱਥੇ ਕਿੱਥੇ ਲੱਤ ਇੱਥੇ ਲੱਗਦਾ, ਬੈਂਡ ਕਿੱਥੇ ਕਿੱਥੇ ਲੱਗਦਾ? ਇਦਾਂ ਲਾਈ ਹੁੰਦੀ, ਕਈ ਵਾਰ ਮੈਂ ਥੱਲੇ ਰੱਖੀ ਹੁੰਦੀ ਇੱਥੇ ਲੱਗ ਜਾਂਦੀ ਆ, ਓਹੋ ਹੋ ਜਾਂ ਇੱਥੇ ਲੱਗ ਜਾਣੀ, ਇਹ ਤਾਂ ਮੈਂ ਕਹਿੰਦਾ ਫਿਰ ਪੈਰੇ ਪੂਰਾ ਸਾੜ ਦਿੰਦਾ ਹੋਣਾ, ਐਡ ਐਡ ਛਾਲੇ ਪੈ ਜਾਂਦੇ ਸੀ ਮੇਰੇ, ਓਹੋ ਉਹ ਚੁੰਮੇ ਦਿੱਤੇ ਹਜੇ ਤੱਕ ਤਾਂ ਉਦਾਂ ਨੇ। ਅੱਛਾ ਠੀਕ 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 ਕਿੱਕਾਂ ਉਹ ਬੈਕ ਮਾਰਦਾ, ਇਹ ਬੈਕ ਮਾਰਦਾ, ਉਹ ਮਾਰਦਾ ਜੀ ਇਹ ਬਾਈ। ਮੈਂ ਤਾਂ ਪਹਿਲਾਂ ਇਹਦੀ ਪ੍ਰੋਬਲਮ ਜੀ ਆਈ ਸੀਗੀ ਤੇ ਮੈਂ ਠੀਕ ਕਰਾਉਣ ਲੱਗਾ, ਉਹ ਮੈਨੂੰ ਨਹੀਂ ਦੱਸਿਆ ਭਾਜੀ ਨੇ ਡੀਕੰਪਰੈਸਰ ਕੱਢ ਦਿੱਤਾ ਉਹਦਾ, ਡੀਕੰਪਰੈਸਰ। ਅੱਛਾ ਹਾਂ ਉਹਦੇ ਕਰਕੇ ਇੰਨੀ ਬੈਕ ਇੱਕ ਆਂਦੀ ਨਹੀਂ ਜ਼ਿਆਦਾ। ਓਹੋ ਬਾਈ ਮਤਲਬ ਇਹ ਕਹਿੰਦੇ ਫਿਰ ਇਹਦਾ ਹਿਸਾਬ ਉਹੀ ਹੋ ਗਿਆ, 올ਡ ਵਾਲਾ ਹੀ ਹੋ ਗਿਆ ਕੰਮ, ਇਹ ਤਾਂ ਬੈਕ ਇੱਕ ਉਹ ਮਾਰਦਾ ਹਨਾ। ਤੇ ਚਲੋ ਯਾਰ ਮੈਂ ਰਹਿਣ ਨਾ ਭਰਾ, ਤੂੰ ਕਰ ਯਾਰ, ਮੇਰਾ ਗਿੱਟਾ ਕੁੱਟਾ ਨਿਕਲ ਜੂ, ਮੇਰਾ ਅੱਗੇ ਬਹੁਤ ਬਾਈ, ਮੇਰਾ ਅੱਗੇ ਬਹੁਤ ਹੀ ਗਿੱਟਾ ਨਿਕਲਿਆ, ਦੇਖਿਆ ਵੀਡੀਓ ਪੁੱਠੇ ਗਿਰਾਂ ਦਾ ਗਿੱਟਾ ਨਿਕਲ ਗਿਆ ਭਰਾ ਮੇਰਾ। ਤੇ ਚਲੋ ਇਹ ਅੱਜ ਦਾ ਵੀ ਦੇਖ ਲੈਂਦੇ ਆ, ਸਟਾਰਟ ਹੀ ਹੋ ਗਿਆ ਇਹਦਾ ਹੈ, ਕਦੀ ਕਦੀ ਪਹਿਲੀ ਇੱਕ ਤੇ ਸਟਾਰਟ। ਅੱਛਾ ਕਦੀ ਇੱਕ ਵਾਰ ਸਟਾਰਟ ਨਹੀਂ, ਕਈ ਵੇਲੇ ਸਟਾਰਟ ਨਹੀਂ ਹੁੰਦਾ, ਜੋ ਹੁੰਦਾ ਨਹੀਂ ਵੀ ਬੈਕ ਇੱਕ ਖੋਲ ਹੁੰਦਾ। ਅੱਛਾ ਮੈਂ ਪਹਿਲੀ ਵਾਰ ਸੁਣਿਆ ਯਾਰ ਬੈਕ ਇੱਕ ਮਾਰਦਾ, ਇਹ ਮਾਰਦੇ ਵੀ ਜਿਹੜਾ ਚ ਹੁੰਦੇ ਨਾ ਡੀ ਕੰਪਰੈਸਰ, ਉਹ ਨਹੀਂ ਮਾਰਦੇ, ਉਹਨਾਂ ਦੀ ਕਿੱਕ ਬਹੁਤ ਸੌਫਟ ਹੁੰਦੀ ਆ, ਇਹਨੇ ਚ ਡੀ ਕੰਪਰੈਸਰ ਕਢਾ ਦਿੱਤਾ ਭਾਜੀ ਨੇ, ਕੱਢ ਦਿੱਤਾ, ਕਢਵਾਉਣਾ ਕਾਹਨੂੰ ਮੈਂ, ਤੇ ਉਹਦੇ ਕਰਕੇ ਬੈਕ ਇੱਕ ਬਹੁਤ ਆਉਂਦੀ ਇਹਦੀ। ਅੱਛਾ ਹਾਂ ਕਿ ਮੇਨਟੇਨੈਂਸ ਵਗੈਰਾ ਤਾਂ ਇਹਦੀ ਹੈਗੀ ਹੈਗੀ ਆ। ਬਾਕੀ ਦੇਖਿਆ ਪਹਿਲੀ ਕਿਤੇ ਸਟਾਰਟ ਹੋ ਗਿਆ, ਮੇਨਟੇਨੈਂਸ ਪੂਰੀ ਰੱਖੀ ਹੋਈ ਭਰਾ ਨੇ, ਹੈਨਾ? ਤੇ ਹੁਣ ਆ ਜਾਂਦੇ ਆਪਾਂ ਇਹਦੇ ਐਡਵਾਂਟੇਜ ਤੇ, ਚੌਥੇ ਐਡਵਾਂਟੇਜ, ਨੰਬਰ ਚੌਥਾ ਐਡਵਾਂਟੇਜ ਹੈ। ਤੇ ਚਲੋ ਦੱਸੋ ਫਿਰ ਐਡਵਾਂਟੇਜ ਹੈਗਾ ਜੀ ਦਾ ਹੈਂਡਲ, ਹੈਂਡਲ ਇੰਨੀ ਵਾਈਬ੍ਰੇਸ਼ਨ ਕਰਦਾ ਨਾ ਚੱਲਦੇ ਹੋਏ, ਐ ਕੰਬਦਾ, ਇਹ ਡਿਸਐਡਵਾਂਟੇਜ ਆ ਗਿਆ, ਇਹ ਡਿਸਐਡਵਾਂਟੇਜ। ਅੱਛਾ ਅੱਛਾ ਡਿਸਐਡਵਾਂਟੇਜ, ਐਡਵਾਂਟੇਜ ਕਹਤਾ। ਅੱਛਾ ਠੀਕ ਹੈ। ਅੱਛਾ ਇਹਦਾ ਹੈਂਡਲ ਵਾਈਬ੍ਰੇਟ ਕਰਦਾ, ਇਹਦਾ ਮੈਂ ਵੀ ਦੇਖਿਆ ਯਾਰ, ਇਹਦਾ ਮੈਂ ਵੀ ਦੇਖਿਆ ਕਿਤੇ, ਮੈਂ 20-25 ਕਿਲੋਮੀਟਰ ਚਲਾ ਕੇ ਰੁਕਾ ਨਾ, ਬਾਹਾਂ 'ਚ ਮੇਰੇ ਹੋਰ ਤਰ੍ਹਾਂ ਜਿਹਾ ਹੁੰਦਾ ਹੁੰਦਾ, ਜੀਵ ਜੀ ਦੱਸਾਂ ਮੈਂ। ਅੱਛਾ ਚਲ ਚਲਾ ਕੇ ਦੇਖਾਂ, ਮੈਂ ਦੇਖਾਂ ਚਲਾ ਕੇ, ਦੇਖੋ ਚਲੋ ਆ ਜਾਓ। ਮੈਂ ਵੈਸੇ ਦੇਖਿਆ, ਚਲੋ ਇੱਕ ਵਾਰ ਚੈੱਕ ਕਰੀਏ ਇੱਕ ਵਾਰੀ ਯਾਰ ਮਾੜਾ ਜਿਹਾ ਨਾ, ਕਿ ਕਿੱਦਾਂ ਵਾਈਬ੍ਰੇਟ ਹੁੰਦਾ ਕਿੱਦਾਂ ਪੂਰਾ। ਆ ਪਿੱਛੇ ਆ ਜਾ, ਛੇਤੀ ਆ ਜਾ, ਚਲੋ ਚਲੋ ਚੱਲੀਏ ਅੱਗੇ ਤੱਕ, ਮਾੜਾ ਗੇੜਾ ਕੱਢਦੇ ਹਾਂ ਹੋਰ ਹੋਰ ਤੇ ਹਲ ਫੜੋ। ਵਾਈਬ੍ਰੇਸ਼ਨ ਦਾ ਮੈਂ ਕਹਿੰਦਾ ਜ਼ਿਆਦਾ ਹੀ ਆ, ਹੈ ਇਹਦਾ ਬਾਈ ਇੱਕ ਹਿਸਾਬ ਦਾ ਪੂਰਾ ਹੋ ਤੁਰਦਾ ਫਿਰਦਾ ਵਾਈਬ੍ਰੇਟਰ ਜਨਰੇਟਰ।
ਹੈ ਜਿੰਦਾ ਵਾਈਬ੍ਰੇਸ਼ਨ ਜਿੰਦਾ ਵਾਈਬ੍ਰੇਸ਼ਨ ਬਾਈ ਸੱਚੀ ਕਹਿੰਦਾ ਮੈਂ ਝੂਠ ਨਹੀਂ ਕਹਿੰਦਾ ਜਦੋਂ ਰੇਸ ਪੂਰੀ ਨੱਪਿਆ ਹੋਵੇ ਪੂਰਾ ਪੂਰਾ ਨੱਪਿਆ ਹੋਵੇ ਤੇ ਬਾਅਦ ਚ ਰੇਸ ਛੱਡਦੇ ਜਾਂ ਫਿਰ ਉਦਾਂ ਵੀ ਵਾਈਬ੍ਰੇਸ਼ਨ ਫੀਲ ਹੁੰਦੀ ਆ ਇਹ ਦਾ ਡਿਸਐਡਵਾਂਟੇਜ ਆ ਇਹ ਤਾਂ ਮਤਲਬ ਕਹਿ ਲਓ ਕਿ ਜੇ ਤੁਸੀਂ ਰਾਈਡਿੰਗ ਵਗੈਰਾ ਕਰਦੇ ਹੋ ਓਹਲੇ ਨਹੀਂ ਆ ਓਹਲੇ ਨਹੀਂ ਹੈ ਸਿਰਫ ਸ਼ੌਂਕ ਲਈ ਸਿਰਫ ਸ਼ੌਂਕ ਲਈ ਗੇੜੀ ਗੁੜੀ ਮਾਰਨ ਲਈ ਤੇ ਬਾਕੀ ਤਾਂ ਹੀ ਕਹਿੰਦੇ ਨੂੰ ਰੋਇਲ ਐਨਫੀਲਡ ਮਤਲਬ ਰੋਇਲ ਐਨਫੀਲਡ ਹਾਂ ਤੇ ਜੇਕਰ ਤੁਸੀਂ ਰਾਈਡਿੰਗ ਵਗੈਰਾ ਦੇਖਣੀ ਤਾਂ ਰੋਇਲ ਐਨਫੀਲਡ ਨੇ ਕੱਢੇ ਹੋਵੇ ਬੁਲਟ ਅੱਗੇ ਹਾਂ ਵੱਡੇ ਆ ਬੁਲਟ ਵੱਡੇ ਬੁਲਟ ਕੱਢੇ ਹੋ ਵੱਡੇ ਸੀਸੀ ਵਾਲੇ ਹੰਟਰ ਹੋ ਗਏ ਹੰਟਰ ਹੋ ਗਏ ਉਹ ਜੀਟੀ ਉਹ ਬੜਾ ਆ 650 ਇੰਜਨ 650 ਇੰਜਨ ਉਹ ਤਾਂ ਬਹੁਤ ਹੀਟ ਕਰਦਾ ਬਹੁਤ ਹੀਟ ਕਰਦਾ ਬਹੁਤ ਅੱਛਾ ਤੇ ਬਾਕੀ ਯਾਰ ਇਹ ਆਪਣਾ ਡਿਸਐਡਵਾਂਟੇਜ ਇਹ ਮੈਨੂੰ ਮੇਨ ਹੁਣ ਪਤਾ ਲੱਗਾ ਡਿਸਐਡਵਾਂਟੇਜ ਦਾ ਸੱਚੀ ਹੈਗਾ ਆ ਤੇ ਬਾਕੀ ਹੋਰ ਕੀ ਆ ਡਿਸਐਡਵਾਂਟੇਜ ਹੈ ਕੋਈ ਇਹਦਾ ਹੋਰ ਤਾਂ ਜੀ ਕੋਈ ਹੈ ਨਹੀਂ ਹੋਰ ਤਾਂ ਪਾ ਜਾਂਦੇ ਐਡਵਾਂਟੇਜ ਆ ਐਡਵਾਂਟੇਜ ਆ ਗਏ ਚਲੋ ਐਡਵਾਂਟੇਜ ਕੀ ਹੈ ਇਹਦੇ ਐਡਵੈਂਚਰ ਇਹਦਾ ਇੰਜਨ ਬਹੁਤ ਪਾਵਰਫੁਲ ਆ ਉਹ ਤਾਂ ਦੇਖ ਹੀ ਲਿਆ ਉਹ ਤਾਂ ਬਾਈ ਦੇਖ ਹੀ ਲਿਆ ਇੰਜਨ ਸੱਚੀ ਬਹੁਤ ਪਾਵਰਫੁਲ ਆ ਮੰਨੋ ਜਾਂ ਨਾ ਮੰਨੋ ਭਾਵੇਂ ਵਾਈਬ੍ਰੇਟ ਕਰਦਾ ਵਾ ਬਟ ਜਿਹੜਾ ਚਲਾਉਣ ਵਾਲਾ ਜਿਹਨੂੰ ਆਦਤ ਪੈ ਗਈ ਜਦੋਂ ਭਰਾ ਨੂੰ ਆਦਤ ਪਈ ਹੋਵੇ ਭਰਾ ਨੂੰ ਸਭ ਪਤਾ ਵਾ ਹਨਾ ਤੇ ਮੈਂ ਚਲੋ ਪਹਿਲੀ ਪਹਿਲੀ ਵਾਰੀ ਚਲਾਇਆ ਹਨਾ ਮੈਨੂੰ ਇਹ ਮੇਰੇ ਹੱਥ ਇੰਨਾ ਨਹੀਂ ਰਿਹਾ ਤੇ ਜੀ ਮੈਂ 120 ਤੱਕ ਲਾਇਆ ਮੈਕਸਿਮਮ 120 ਤੱਕ ਲਾਇਆ ਹਾਂ 120 ਤੇ ਕਿਦਾ ਵਾਈਬ੍ਰੇਟ ਹੁੰਦਾ ਲੈ ਮੇਰੇ ਹੱਥ ਪੂਰੇ ਵਾਈਬ੍ਰੇਟ ਹੁੰਦੇ ਸੀਗੇ ਓਹੋ ਹੋ ਹੋ ਰੋਕਣ ਤੇ ਪਤਾ ਹੁੰਦਾ ਸੀ ਕੀ ਹੁੰਦਾ ਸੀ ਮੇਰੇ ਬਾਹਾਂ ਨੂੰ ਅੱਛਾ ਚਲ ਤੈਨੂੰ ਆਦਤ ਪਈ ਹੋਆ ਆਦਤ ਪਈ ਹੋ ਆ ਜਿਹਨੂੰ ਆਦਤ ਨਹੀਂ ਪਈ ਓਹਲੇ ਔਖਾ ਵਾ ਤੇ ਬਾਕੀ ਚਲੋ ਇਹ ਐਡਵਾਂਟੇਜ ਭਾਈ ਇੱਕ ਵਾਰੀ ਇੰਜਨ ਹੈਗਾ 350 ਸੀਸੀ 350 ਸੀਸੀ 350 ਪਰ ਤਿੰਨ ਘੱਟ ਕਹਿੰਦੇ 347 ਸੀਸੀ ਮੰਨਿਆ ਜਾਂਦਾ ਅੱਛਾ 347 ਸੀਸੀ ਮੰਨਿਆ ਜਾਂਦਾ ਤੇ ਬਾਕੀ ਭਰਾ ਨੇ ਲਾਇਆ 120 ਟੌਪ ਹੈ ਅੱਗੇ ਲੜਾ ਹੋਰ ਜਾਂਦਾ ਨਹੀਂ ਅੱਗੇ ਅੱਛਾ 120 ਤੱਕ ਹੈ ਮੈਕਸ 17 ਕਿਲੋਮੀਟਰ ਤੱਕ ਲਗਾਤਾਰ ਰੱਖਿਆ ਸੀ ਮੈਂ 120 ਉੱਤੋਂ ਜਾਂਦਾ ਨਹੀਂ ਉੱਪਰ ਅੱਛਾ ਫੇ ਚਲੋ ਦੂਜੀ ਐਡਵਾਂਟੇਜ ਤੇ ਆਏ ਨੇ ਆਪਾਂ ਦੂਜੀ ਐਡਵਾਂਟੇਜ ਆਪਣੀ ਆ ਗਈ ਹੈ ਜੀ ਇਹਦਾ ਵਜਨ ਵਜਨ ਹਾਂ ਇਹ ਐਡਵਾਂਟੇਜ ਆਂਦਾ ਹੈ ਹਾਂ ਅੱਛਾ ਇਹਦਾ ਕੀ ਐਡਵਾਂਟੇਜ ਮੈਨੂੰ ਸਮਝ ਨਹੀਂ ਲੱਗੀ ਲੋ 196 ਕਿਲੋ ਸਾਨੂੰ ਮਿਲਦਾ ਹੈ 196 ਕੇਜੀ 196 ਦਾ ਇੱਕ ਮਿੰਟ 196 ਦਾ ਛੋਟਾ ਹਾਂ ਛੋਟਾ 196 ਦਾ ਮਿਲਦਾ ਹੈ ਤੇ ਬਾਕੀ ਇਹਦੇ ਭਾਰ ਕਰਕੇ ਮੈਂ ਕਹਿੰਦਾ ਰਾਈਡਿੰਗ ਚ ਕਾਫੀ ਬਹੁਤ ਮਜ਼ਾ ਆਉਂਦਾ ਹੈ ਜੀ ਬਿਸਕੇ ਚੱਲਦਾ ਹੈ ਪੂਰਾ ਹਾਂ ਇਹ ਤਾਂ ਹੈ ਪਰ ਇੱਕ ਗੱਲ ਆ ਜੇ ਜ਼ਿਆਦਾ ਨੱਠ ਲੇ ਫਿਰ ਬ੍ਰੇਕਾਂ ਨਾ ਜੀ ਰੁਕਦੇ ਨਹੀਂ ਹੈਗੇ ਇਹ ਤਾਂ ਆ ਹੀ ਲੈ ਜਾਂਦੇ ਬੰਦੇ ਇਹ ਤਾਂ ਬਸ ਆਈ ਆ ਕਿਉਂਕਿ ਇਹ ਬ੍ਰੇਕਿੰਗ ਵਗੈਰਾ ਮੈਂ ਦੇਖਿਆ ਰੋਇਲ ਐਨਫੀਲਡ ਜਿਹੜੇ ਪੁਰਾਣੇ ਆ ਜਿੱਦਾਂ ਹਨਾ ਹੁਣ ਨਵੇਂ ਵਾਲੇ ਤੇ ਕਾਫੀ ਵਧੀਆ ਬ੍ਰੇਕਿੰਗ ਆ ਬਟ ਜਿਹੜੇ ਪੁਰਾਣੇ ਵਾਲੇ ਉਹਨਾਂ 'ਚ ਬ੍ਰੇਕਿੰਗ ਸਿਸਟਮ ਇੰਨਾ ਹੈ ਨਹੀਂਗਾ ਵਧੀਆ ਬ੍ਰੇਕਿੰਗ ਸਿਸਟਮ ਉਹਨਾਂ 'ਚ ਵੀ ਬਹੁਤ ਵਧੀਆ ਆ ਕਿਹਨਾਂ 'ਚ ਪੁਰਾਣਿਆਂ 'ਚ ਵੀ ਬਸ ਇਹਨਾਂ ਦੇ ਸਪੀਡ ਭਾਰ ਕਰਕੇ ਨਾ ਬ੍ਰੇਕ ਨਹੀਂ ਲੱਗਦੀ ਛੇਤੀ ਰੁਕਦੇ ਨਹੀਂ ਫਿਰ ਹਾਂ ਰੁਕਦੇ ਨਹੀਂ ਰੁਕਦੇ ਹੀ ਨਹੀਂਗੇ ਬਾਈ ਮੈਂ ਘਰਦੇ ਨਾ ਅੰਮ੍ਰਿਤਸਰ ਜਾਂਦਾ ਸੀ ਬੁਲਟ ਤੇ ਨਹੀਂ ਨਾ ਗੱਡੀ 'ਚ ਜਾਂਦਾ ਸੀ ਮੈਂ ਐਕਸੀਡੈਂਟ ਹੋਇਆ ਦੇਖਿਆ ਰਸਤੇ 'ਚ ਬੁਲਟ ਦਾ ਉਹ ਦੱਸਦੇ ਸੀ ਕਹਿੰਦੇ 80 ਦੇ ਸਪੀਡ ਤੇ ਸੀਗੇ ਕਹਿੰਦੇ ਇਹਨਾਂ ਨੇ ਬ੍ਰੇਕ ਲਾਈ ਬ੍ਰੇਕ ਨਹੀਂ ਲੱਗੀ ਬੁਲਟ ਇੱਥੇ ਤੱਕ ਬਿੰਗਾ ਹੋ ਗਿਆ ਸੀ ਅੱਧਾ ਭਰਾ ਮੈਂ ਦੇਖਿਆ ਬਹੁਤ ਹੁੰਦੇ ਆ ਇਹਨਾਂ ਟਰੱਕ 'ਚ ਵੱਜਿਆ ਐਕਸੀਡੈਂਟ ਵਗੈਰਾ ਸੱਚੀ ਬਹੁਤ ਹੁੰਦੇ ਆ ਬੁਲਟ ਦੇ ਇਹਨਾਂ ਦੇ ਤੇ ਜਦੋਂ ਐਕਸੀਡੈਂਟ ਹੁੰਦਾ ਨਾ ਇਹ ਲੋਹਾ ਆ ਆ ਲੋਹਾ ਵਾ ਤੇ ਜਿਹੜਾ ਬੰਦਾ ਬੈਠਾ ਆ ਨਾ ਵਿੱਚੇ ਵੜਦਾ ਵਿੱਚੇ ਵੜ ਜਾਂਦਾ ਲੋਹਾ ਤੇ ਬਾਈ ਮੈਂ ਤਾਂ ਹੀ ਕਹਿਣਾ ਕਿ ਆਹ ਜਿਹੜੀਆਂ ਮਸ਼ੀਨਾਂ ਆ ਨਾ ਭਾਵੇਂ ਜਿੰਨਾ ਮਰਜ਼ੀ ਇੱਕ ਹੋਰ ਝੋਟਾ ਆ ਗਿਆ ਇੱਧਰ ਆ ਝੋਟਾ ਇੱਧਰ ਉਹ ਝੋਟਾ ਤੇ ਹਾਂ ਬਾਈ ਮੈਂ ਕਹਿ ਰਿਹਾ ਸੀਗਾ ਆਹ ਜਿਹੜੀਆਂ ਮਸ਼ੀਨਾਂ ਆ ਇਹਨਾਂ ਨੂੰ ਬਾਈ ਸੇਫ ਰਾਈਡ ਕਰੇਗਾ ਤੂੰ ਵੀ ਸੁਣ ਲੈ ਯਾਰ ਕਰਨੀ ਨਹੀਂ ਮੈਨੂੰ ਪਤਾ ਇਹਨੇ ਸੇਫ ਰਾਈਡ ਤੇ ਬਟ ਯਾਰ ਸੱਚੀ ਮਜ਼ਾਕ ਤੋਂ ਹਟ ਕੇ ਕਿਉਂਕਿ ਇਹ ਲੋਹਾ ਆ ਲੋਹਾ ਵਾ ਬਾਈ ਤੇ ਜਿਹੜਾ ਬੰਦਾ ਬੈਠਾ ਬਚਣ ਦੇ ਚਾਂਸ ਮੈਂ ਕਹਿੰਦਾ 1% ਕਹਿ ਲਓ 1% ਵੀ ਨਹੀਂ ਰੱਬ ਹੀ ਬਦਾ ਹੱਸਦਾ ਹੈਨਾ ਤੇ ਕਿਉਂਕਿ ਲੋਹਾ ਬਹੁਤ ਲੋਹਾ ਬੰਦੇ ਦੇ ਵਿੱਚ ਹੀ ਵੜ ਜਾਂਦਾ ਵਾ ਤੁਸੀਂ ਰਾਇਲ ਐਨਫੀਲਡ ਦੇ ਓਰੀਜਨਲ ਪੇਜ ਤੇ ਦੇ ਸਕਦੇ ਹੋ ਇੰਸਟਾਗ੍ਰਾਮ ਤੇ ਉਹਨਾਂ ਨੇ 6 ਸਾਲ ਪਹਿਲਾਂ ਪੋਸਟ ਪਾਈ ਸੀ ਕਹਿੰਦੇ ਮਸ਼ੀਨਾਂ ਇਦਾਂ ਦੀ ਹੁੰਦੀਆਂ ਜਾਂਦੀ ਜਾਂਦੀ ਬੰਦੇ ਨੂੰ ਨਾਲ ਲੈ ਜਾਂਦੀਆਂ ਸਹੀ ਗੱਲ ਆ ਬਈ ਸਹੀ ਗੱਲ ਆ ਸਹੀ ਗੱਲ ਹੁਣ ਗੱਡੀ ਤਾਂ ਹੈ ਨਹੀਂ ਕਿ 에ਅਰਬੈਗ ਖੁੱਲ ਜੂਗੇ ਇਹਦੇ ਗੱਡੀ ਤਾਂ ਹੈ ਨਹੀਂ ਗੀ ਤੇ ਚਲੋ ਇਹ ਆਪਣੀ ਐਡਵਾਂਟੇਜ ਆ ਅੱਛਾ ਭਰਾ ਹੋਰ ਕੋਈ ਇਹਦੇ ਐਡਵਾਂਟੇਜ ਸਭ ਤੋਂ ਇਹਦੀ ਮੇਨ ਐਡਵਾਂਟੇਜ ਇਹਦੀ ਟੈਂਕੀ 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 ਦੀ ਕੀ ਐਡਵਾਂਟੇਜ ਆ ਪਹਿਲਾਂ ਆਂਦੀ ਸੀ ਛੋਟੀ ਜਿਹੀ ਟੈਂਕੀਆਂ ਉਹ ਸੀਗੀਆਂ 10 ਲੀਟਰ ਦੀਆਂ ਅੱਛਾ ਉਸ ਤੋਂ ਬਾਅਦ ਉਹ ਤੇਲ ਲੋਕਾਂ ਦੇ ਜਲਦੀ ਮੁੱਕ ਜਾਂਦੇ ਸੀ ਇਹ ਤੇਲ ਮੈਂ ਕਹਿੰਦਾ ਮੁੱਕਦਾ ਹੀ ਨਹੀਂ ਹੋਣਾ ਇਹਦਾ ਇਹ ਹੈਗੀ 14 ਲੀਟਰ ਦੀ ਟੈਂਕੀ 14 ਲੀਟਰ ਦਾ ਟੈਂਕ ਹੈ ਇਹਦਾ ਬਾਈ ਉਹ ਹੁੰਦੀ ਸੀਗੀ ਉਹ ਹੁੰਦੀ ਸੀ ਇੰਨੀ ਹਾਂ ਉਹ ਮੈਂ ਦੇਖਿਆ ਨਾ ਬਾਈ ਉਹ ਜਿਹੜਾ 올ਡ ਸਟੈਂਡਰਡ ਦਾ ਬੁਲਟ ਹੈ ਪੁੱਠੇ ਗਰਾਂ ਉਹਦੀ ਟੈਂਕੀ ਨਿੱਕੀ ਜੀ ਹੈ ਉਹਦੀ ਤੇ ਇਹ ਟੈਂਕੀ ਥੋੜਾ ਜਿਹਾ ਵੱਡਾ ਟੈਂਕ ਆ ਜਾਂਦਾ ਆ ਕਿਉਂਕਿ ਰੋਇਲ ਐਨਫੀਲਡ ਨੇ 2015 ਦੇ ਵਿੱਚ ਜਾਂ ਫਿਰ 15 ਤੋਂ ਬਾਅਦ ਟੈਂਕੀਆਂ ਵੱਡੀਆਂ ਹੀ ਦਿੱਤੀਆਂ ਹਾਂ ਹੈਨਾ 2000 ਜਿਹੜੇ ਪਹਿਲਾਂ ਦੇ ਮਾਡਲ ਆ ਉਹਨਾਂ ਤੋਂ ਹੈਗੇ ਆ ਛੋਟੇ ਆ ਕੌਣ ਜੀ ਆ ਕੌਣ ਸੀਗਾ ਪਤਾ ਨਹੀਂ ਕੌਣ ਉਹਦੀ ਅੱਛਾ ਠੀਕ ਆ ਹੁਣ ਜਿਹੜੇ ਰੋਇਲ ਐਨਫੀਲਡ ਨੇ 2015 ਤੋਂ ਬਾਅਦ ਟੈਂਕੀਆਂ ਵੱਡੀਆਂ ਨੇ 14 ਤੋਂ ਬਾਅਦ 14 ਤੱਕ ਆਈ ਸੀ BS3 BS4 ਚਾਹੀ ਵੱਡੀ ਟੈਂਕੀ ਤੇ ਆ ਕਿਹੜਾ BS5 BS4 ਆ ਹਾਂ ਕਾਰਬੇਟਰ ਕਰਕੇ ਜਿਹੜਾ 6 ਹੁੰਦਾ ਨਾ ਹਾਂ ਉਹ ਚ ਕਾਰਬੇਟਰ ਹੈ ਨਹੀਂਗਾ ਕਾਰਬੇਟਰ ਹੈ ਨਹੀਂਗਾ ਅੱਛਾ ਇਹ ਹੈਗਾ BS6 ਨਹੀਂ 4 ਇਹ BS4 ਆ ਠੀਕ ਆ ਬਾਈ ਤੇ ਬਾਕੀ ਹੋਰ ਇਹਦਾ ਹੈਂਡਲ ਮੈਂ ਦੇਖਿਆ ਆ ਹੈਂਡਲ ਬੜਾ ਪਿਆਰਾ ਯਾਰ ਇਹਦਾ
ਹੈਂਡਲ ਇਹਦਾ ਮੈਂ ਬਦਲਾਇਆ ਸੀਗਾ ਹੈਂਡਲ ਬਦਲਾਇਆ ਕੋਈ ਦਿੱਕਤ ਇਹਦੀ ਹੈਗੀ ਇਹਦਾ ਨਹੀਂ ਪਹਿਲਾਂ ਸੀਗਾ ਨਾ ਜਿਹੜਾ ਉਹ ਸੀਗਾ ਇੱਥੋਂ ਇਦਾਂ ਅੱਛਾ ਉਹਦੇ ਕਰਕੇ ਵਾਈਬ੍ਰੇਸ਼ਨ ਕਰਕੇ ਬਾਹਾਂ ਵੀ ਨਹੀਂ ਸੀ ਬੈਕ ਪੇਨ ਹੋਣ ਲੱਗ ਪੈਂਦੀ ਸੀ ਇਹ ਇਦਾਂ ਹੁੰਦਾ ਤਾਂ ਥੋੜਾ ਸਿੱਧਾ ਹੋ ਕੇ ਬੈਂਦਾ ਬੰਦਾ ਰਿਲੈਕਸ ਹੋ ਕੇ ਚਲਾ ਲੈਂਦਾ ਰਿਲੈਕਸ ਹੋ ਕੇ ਚਲਾ ਲੈਂਦਾ ਤਾਂ ਅੱਗੇ ਨੂੰ ਵੀ ਚਲਾਉਣਾ ਪੈਂਦਾ ਸੀ ਠੀਕ ਆ ਯਾਰ ਹੈਂਡਲ ਬੜਾ ਸੋਹਣਾ ਆ ਇਹ ਪਿੱਛੇ ਨੂੰ ਨੀਵਾਂ ਜਿਹਾ ਆ ਇਹ ਪਿੱਛੇ ਨੂੰ ਇਹ ਉਹੀ ਕਰਾਇਆ ਜਾਂ ਫਿਰ ਕੋਈ ਹੋਰ ਪਵਾਇਆ ਉਹ ਕਰਾ ਕੇ ਦੇਖਿਆ ਸੀ ਉਹ ਜ਼ਿਆਦਾ ਸਹੀ ਨਹੀਂ ਸੀ ਹੁੰਦਾ ਉਹ ਅੱਛਾ ਹਾਂ ਠੀਕ ਆ ਬਾਈ ਤੇ ਬਾਕੀ ਇਹ ਆ ਕੁਛ ਇਲੈਕਟ੍ਰਿਕ ਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਤੇ ਬਾਕੀ ਯਾਰ ਮੈਂ ਕਹਿੰਦਾ ਸ਼ੌਂਕ ਲਈ ਆ ਚੀਜ਼ ਹਨਾ ਜਿਹੜੇ ਸ਼ੌਂਕ ਲਈ ਰੱਖਣੀ ਉਹ ਤਾਂ ਐਡਵਾਂਟੇਜ ਡਿਸਐਡਵਾਂਟੇਜ ਫਰਕ ਹੀ ਹੈ ਨਹੀਂ ਹਨਾ ਪਵਾ ਬਸ ਹੁਣ ਚਲਾਉਣ ਤੋਂ ਮਤਲਬ ਆ ਬਸ ਉਹਨੂੰ ਚਲਾਉਣ ਤੋਂ ਮਤਲਬ ਆ ਤੇ ਉਹਨੂੰ ਡਿਸਐਡਵਾਂਟੇਜ ਐਡਵਾਂਟੇਜ ਕੋਈ ਫਰਕ ਨਹੀਂ ਗਾ ਚਲੋ ਬਾਈ ਬਟ ਫਿਰ ਵੀ ਯਾਰ ਕਈ ਭਰਾ ਪੁੱਛਦੇ ਪਏ ਸੀ ਕਿ ਇਲੈਕਟ੍ਰਾ ਜ਼ਿਆਦਾ ਵਧੀਆ ਜਾਂ ਫਿਰ ਸਟੈਂਡਰਡ ਉਹਨਾਂ ਲਈ ਹੁਣ ਮਤਲਬ ਇੱਕ ਅਲੱਗ ਤੋਂ ਵੀ ਵੀਡੀਓ ਆਊਗੀ ਹਨਾ ਹਾਂ ਕਰਾਂਗੇ ਬਾਈ ਉਹਨਾਂ ਕੀ ਕਹਿੰਦੇ ਸਟੈਂਡਰਡ ਤੇ ਇਲੈਕਟ੍ਰਾ ਦੋਨਾਂ ਦਾ ਬਾਈ ਕੰਪੈਰੀਜ਼ਨ ਕਰਾਂਗੇ ਤੇ ਬਾਕੀ ਤਾਂ ਕਰਕੇ ਮੈਂ ਕਹਿੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਹਨਾ ਤੇ ਬਾਕੀ ਯਾਰ ਦੱਸਿਓ ਅੱਜ ਦਾ ਵਲੌਗ ਕਿਵੇਂ ਲੱਗਾ ਤੇ ਬਾਕੀ ਯਾਰ ਹੁਣ ਟਾਈਮ ਮੈਂ ਕਹਿੰਦਾ ਨੇਰਾ ਛੇਤੀ ਪੈਣ ਲੱਗ ਜਾਂਦਾ ਨਾ ਸਰਦੀਆਂ ਆ ਗਈਆਂ ਤੇ ਮੈਂ ਕਹਿੰਦਾ ਹੁਣ ਛੇਤੀ ਵਲੌਗ ਦਾ ਟਾਈਮ ਕਰੀਏ ਛੇਤੀ ਵਲੌਗ ਆਪਾਂ ਬਣਾ ਲਿਆ ਕਰਨਾ ਤੇ ਬਸ ਦੱਸਿਓ ਯਾਰ ਇਹਦੇ ਪਿਆਰ ਸਪੋਰਟ ਕਰਦੇ ਰਹੋ ਤੇ ਕਰਦੀ ਹੈ ਵਲੌਗ ਐਂਡ ਫਿਰ ਅੱਜ ਦਾ ਵਲੌਗ ਫਿਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਦੱਸਿਓ ਕਿਵੇਂ ਦਾ ਲੱਗਾ ਵਲੌਗ ਬਾਕੀ ਜੇ ਕੋਈ ਕੁਐਸਚਨ ਵਗੈਰਾ ਹੁੰਦੇ ਆ ਪੁੱਛ ਲਿਆ ਕਰੋ ਬਾਈ ਕਮੈਂਟ ਸੈਕਸ਼ਨ ਹੈਗਾ ਆ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਵਿੱਚ ਤਦ ਤੱਕ ਲਈ ਯਾਰ ਧੰਨਵਾਦ ਧੰਨਵਾਦ।